ਤਰਕਸ਼, ਮੈਂ ਅਮਰਜੋਤ ਸਿੰਘ ਬੋਲ ਰਿਹਾ, ਤੁਹਾਡੇ ਨਾਲ ਜੁੜੇ ਹੋਏ ਹਾਂ ਐਡਮਿੰਟਨ ਤੋਂ। ਦੱਸੋ ਕਿਹੜੀ ਜਗ੍ਹਾ ਤੋਂ ਤੁਸੀਂ ਕਾਲ ਕੀਤਾ? ਸਰ ਮੈਂ ਲੁਧਿਆਣਾ ਤੋਂ ਬੋਲ ਰਿਹਾ ਜੀ, ਲੁਧਿਆਣਾ ਪੰਜਾਬ ਤੋਂ। ਬੋਲੋ ਜੀ, ਬੋਲੋ, ਸਵਾਲ ਕੀ ਹੈ? ਸਰ ਮੈਂ 15 ਵਿੱਚ ਪਲੱਸ 2 ਕੀਤੀ ਸੀ ਆਪਣੀ ਆਰਟਸ 'ਚ, ਅਤੇ ਉਸ ਤੋਂ ਬਾਅਦ ਮੈਂ ਆਪਣੀ ਫਾਈਲ ਲਗਾਈ ਸੀ ਨਿਊਜ਼ੀਲੈਂਡ ਵਾਸਤੇ। ਅਤੇ ਮਤਲਬ ਪਹਿਲਾਂ 15 ਪਲੱਸ 2 ਕਰਨ ਤੋਂ ਬਾਅਦ ਮੈਂ ਐਲਸ ਕੀਤੀ, ਨਾਲ ਮੇਰੇ ਪਾਪਾ ਦਾ ਬਿਜ਼ਨਸ ਹੈਗਾ ਇਲੈਕਟ੍ਰੀਕਲ ਦਾ, ਇਲੈਕਟ੍ਰੀਸ਼ੀਅਨ ਦਾ, ਉਹਦੇ 'ਚ ਮੈਂ ਉਹਨਾਂ ਦੀ ਹੈਲਪ ਵੀ ਕਰਤਾ ਸੀਗਾ। ਅਤੇ ਉਸ ਤੋਂ ਬਾਅਦ ਫਾਈਲ ਲਗਾਈ ਸੀਗੀ ਮੈਂ, ਅਤੇ ਉਸ ਤੋਂ ਵਿੱਚ ਮੇਰੀ ਰਿਫਿਊਜ਼ਲ ਆ ਗਈ ਸੀਗੀ। ਰਿਫਿਊਜ਼ਲ ਵਿੱਚ ਸਟੱਡੀ ਵੀਜ਼ਾ, ਫੰਡਸ ਦੇ, ਹਾਂਜੀ ਸਟੱਡੀ ਵੀਜ਼ਾ ਦੇ ਵਿੱਚ ਨਿਊਜ਼ੀਲੈਂਡ ਦੇ। ਓਕੇ ਓਕੇ। ਅਤੇ ਰਿਫਿਊਜ਼ਲ ਵਿੱਚ ਫੰਡਸ ਸੀ ਨਾ, ਫੰਡਸ ਉਹਦੇ ਵਿੱਚ ਉਸ ਕਾਰਨ ਰਿਫਿਊਜ਼ਲ ਆਈ ਸੀਗੀ। ਅਤੇ ਉਸ ਤੋਂ ਬਾਅਦ ਮੈਂ ਸਿੰਗਾਪੁਰ ਦੀ ਫਾਈਲ ਲਗਾਈ ਕਿਸੇ ਹੋਰ ਏਜੰਟ ਦੇ ਕੋਲੋਂ, ਉਹ ਏਜੰਟ ਨਹੀਂ ਸਹੀ ਸੀਗਾ, ਉਹਨੇ ਗਲਤ ਫਾਈਲ ਲਈ, ਉਦੋਂ ਵੀ ਰਿਫਿਊਜ਼ਲ ਆ ਗਈ। ਅਤੇ ਹੁਣ ਮੈਂ ਮਤਲਬ ਜਿੰਨਾ ਮੇਰਾ ਉਸ ਤੋਂ ਬਾਅਦ ਗੈਪ ਸੀਗਾ, ਮੈਂ ਪਾਪਾ ਨਾਲ ਫਿਰ ਬਿਜ਼ਨਸ 'ਚ ਪੈ ਗਿਆ, ਮਤਲਬ ਇਲੈਕਟ੍ਰੀਸ਼ੀਅਨ ਦਾ ਵੀ ਕੰਮ ਕਰਨ ਲੱਗ ਗਿਆ ਨਾਲ। ਅਤੇ ਹੁਣ ਮੈਂ ਇਹ ਸੋਚ ਰਿਹਾ ਸੀਗਾ ਕਿ ਨਾ ਮੈਂ ITI ਕਰ ਲਾਂ, ITI ਤੋਂ ਬਾਅਦ ਨਾ ਮਤਲਬ ਜੇ ਮੇਰਾ ਵਰਕ ਪਰਮਿਟ ਲੱਗ ਜੂਗਾ ਕੈਨੇਡਾ ਦਾ, ਇਹ ਪੁੱਛਣਾ ਸੀਗਾ। ਸਰ ਜੀ ਇਹ ਸਵਾਲ ਤੇ ਦੇਖੋ ਉਸ ਚੀਜ਼ ਤੇ ਖੜਾ ਹੈ ਕਿ ਵੀ ਤੁਹਾਨੂੰ ਜੋਬ ਕੌਣ ਦੇ ਦਊਗਾ, ਕੋਈ ਹੈ ਤੁਹਾਨੂੰ ਪਰ ਕੋਈ ਜਿਹੜਾ ITI ਤੁਸੀਂ ਕਰਤੇ ਲਓਗੇ, ITI ਦੇ ਬਾਅਦ ਤੁਹਾਡੇ ਕੋਲ ਇੱਕ ਡਿਪਲੋਮਾ ਵੀ ਹੈ, ਇੱਕ ਐਕਸਪੀਰੀਅੰਸ ਵੀ ਹੈ, ਪਰ ਉਹ ਇੰਪਲੋਇਰ ਕੌਣ ਹੈ, ਕੋਈ ਹੈ ਤੁਹਾਡੇ ਜਿਹੜੇ ਸਰਕਲ ਵਿੱਚ ਜਿਹੜਾ ਤੁਹਾਨੂੰ ਜੋਬ ਦੇਣ ਨੂੰ ਤਿਆਰ ਹੈ ਇਨ ਦਾ ਫਿਊਚਰ? ਪਰ ਇੱਦਾਂ ਦਾ ਮੈਨੂੰ ਤਾਂ ਕੋਈ ਨਹੀਂ ਜਾਣਦਾ। ਪਰ ਹਾਂ, ਅੱਜ ਸਿਰਫ ITI ਦੇ ਬੇਸ 'ਤੇ ਜੋ ਵੀ ਐਕਸਪੀਰੀਅੰਸ ਤੁਸੀਂ ਦੱਸਿਆ ਉਹਦੇ ਬੇਸ 'ਤੇ ਜੋਬ ਮਿਲਣਾ ਬਹੁਤ ਮੁਸ਼ਕਿਲ ਹੈ ਕਹਿ ਰਿਹਾ। ਓਕੇ, ਹਾਂ ਸੱਚਾਈ ਸੱਚਾਈ ਹੈ ਕਿ ਜੋਬ ਮਿਲਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਇਲੈਕਟ੍ਰੀਸ਼ੀਅਨ ਦਾ ਕੰਮ ਹੈ, ਟ੍ਰੇਡ ਦਾ ਕੰਮ ਹੈ, ਟ੍ਰੇਡ ਦਾ ਕੰਮ ਲਈ ਤੁਹਾਨੂੰ ਸਫੀਸ਼ੀਐਂਟ ਐਕਸਪੀਰੀਅੰਸ ਹੋਣਾ ਚਾਹੀਦਾ, ਮਿਨੀਮਮ 6+ ਈਅਰਸ ਐਕਸਪੀਰੀਅੰਸ ਦੇ ਬਾਅਦ ਤੁਸੀਂ ਚੈਲੰਜ ਕਰੋਗੇ ਇੱਕ ਐਗਜ਼ਾਮੀਨੇਸ਼ਨ ਜਿਹਨੂੰ ਆਪਾਂ ਰੈੱਡ ਸੀਲ ਕਹਿੰਦੇ ਹਾਂ, ਰੈੱਡ ਸੀਲ ਦਾ ਤੁਹਾਨੂੰ ਸਰਟੀਫਿਕੇਟ ਮਿਲੇਗਾ, ਜਰਨੀਮੈਨ ਬਣ ਕੇ ਫਿਰ ਤੁਸੀਂ ਆਪਣਾ ਕੋਈ ਜੋਬ ਕਰ ਸਕਦੇ, ਉਹਦੇ ਬਗੈਰ ਤੁਸੀਂ ਜੋਬ ਨਹੀਂ ਕਰ ਸਕਦੇ। ਓਕੇ, ਉਦਾਂ ਮਤਲਬ ਬਸ ਇਹ ਤੋਂ ਇਲਾਵਾ ਕੋਈ ਹੋਰ ਚਾਂਸ ਨਹੀਂ ਹੈਗਾ ਨਾ ਇਨ ਕੈਨੇਡਾ 'ਚ ਆਉਣ ਦਾ, ਨਾ ਮਤਲਬ ਕੰਮ ਕਰਨ ਦਾ, ਮਤਲਬ ਜਿੱਦਾਂ ਮੈਂ ਮੇਰੀ ਨਾ ਹੋਰ ਕੋਈ ਚਾਂਸ ਨਹੀਂ ਹੈ। ਬਾਕੀ ਤੁਸੀਂ ITI ਕਰ ਲਓ, ITI ਕਰਨ ਦੇ ਬਾਅਦ ਕੋਈ ਹੋਰ ਕੋਈ ਜੇ ITI ਦੇ ਨਾਲ ਅਗਰ ਤਾਂ ਹੋਰ ਤੁਹਾਡੀ ਜਿਹੜੀ ਕੋਈ ਅਗਰ ਇੰਗਲਿਸ਼ ਅਗਰ ਇੰਪਰੂਵ ਹੋ ਜਾਏ, ਸੋ ਪਰਹੈਪਸ ਯੂ ਕੈਨ ਅਪਲਾਈ ਫੋਰ ਸਮ ਕਾਇੰਡ ਆਫ ਡਿਪਲੋਮਾ ਇਨ ਇਲੈਕਟ੍ਰੀਕਲ ਔਰ ਸਮਥਿੰਗ, ਜੋ ਵੀ ਤੁਹਾਡੇ ਫੀਲਡ ਹੈ, ਐਜ਼ ਅ ਸਟੱਡੀ ਵੀਜ਼ਾ। ਠੀਕ ਹੈ ਸਰ, ਠੀਕ ਹੈ ਸਰ, ਥੈਂਕ ਯੂ ਸਰ, ਥੈਂਕ ਯੂ, ਟੇਕ ਕੇਅਰ, ਗੁੱਡ ਲੱਕ ਸਰ, ਥੈਂਕ ਯੂ।